ਫਰੈਂਡ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਤੇ ਅੱਜ ਫਰੈਂਡ ਹੈਗਾ ਸੰਡੇ ਦਾ ਦਿਨ, ਤੇ ਇੱਧਰ ਮੈਂ ਆਲੂ ਉਬਾਲੇ ਸੀਗੇ, ਤੇ ਆਲੂ ਮੈਂ ਉਬਾਲੇ ਸੀਗੇ, ਆਲੂ ਵਾਲੇ ਪਰੌਂਠੇ ਆਪਾਂ ਬਣਾਵਾਂਗੇ। ਤੇ ਆ 3 ਕੁ ਆਲੂ ਮੈਂ ਕੱਢ ਲਏ ਨੇ, ਇਹਦੀ ਆਪਾਂ ਸਬਜ਼ੀ ਬਣਾ ਲਾਂਗੇ। ਅਤੇ ਸਬਜ਼ੀ ਵਾਸਤੇ ਆਪਾਂ ਲਸਣ ਅਦਰਕ ਹਰੀ ਮਿਰਚ ਪਿਆਜ਼ ਟਮਾਟਰ ਲੈ ਲਿਆ, ਇਹਨੂੰ ਆਪਾਂ ਪੀਸ ਲਾਂਗੇ। ਨਮਕ ਮਿਰਚ ਹਲਦੀ ਆ ਜੀ। ਆਪਾਂ ਆਲੂ ਦੀ ਸਬਜ਼ੀ ਬਣਾਉਣ ਵਾਸਤੇ ਸਰੋਂ ਦਾ ਤੇਲ ਪਾ ਲਿਆ ਪਤੀਲੇ ਦੇ ਵਿੱਚ। ਤੇਲ ਮੇਰਾ ਕਾਫੀ ਗਰਮ ਹੋ ਗਿਆ ਸੀਗਾ ਅਤੇ ਹੁਣ ਮੈਂ ਗੈਸ ਨੂੰ ਥੋੜ੍ਹੇ ਦੇਰ ਲਈ ਬੰਦ ਕਰਤਾ। ਆ ਵੇਖੋ ਬੰਦ ਗੈਸ 'ਤੇ ਵੀ ਕਿੰਨਾ ਹੀ ਤੇਲ ਉਬਾਲੇ ਮਾਰਦਾ ਪਿਆ। ਅਤੇ ਆ ਪਾ ਦਾਂਗੇ ਆਪਾਂ ਹੀਂਗ, ਜੀਰਾ ਪਾਤਾ ਮੈਂ। ਆ ਥੋੜ੍ਹੀ ਜਿਹੀ ਪਾ ਦਾਂਗੇ ਆਪਾਂ ਰਾਈ, ਰਾਈ ਨਾਲ ਬਹੁਤ ਵਧੀਆ ਫਲੇਵਰ ਆਊਗਾ। ਅਤੇ ਇਹਨੂੰ ਥੋੜ੍ਹਾ ਜਿਹਾ ਆਪਾਂ ਭੁੰਨ ਲੈਂਦੇ ਹਾਂ। ਲਸਣ ਪਿਆਜ਼ ਹਰੀ ਮਿਰਚ ਟਮਾਟਰ ਦਾ ਪੇਸਟ ਜੀ, ਆਪਾਂ ਅਦਰਕ ਲਸਣ ਪਿਆਜ਼ ਟਮਾਟਰ ਹਰੀ ਮਿਰਚ ਦਾ ਪੇਸਟ ਪਾ ਚੁੱਕੇ ਹਾਂ। ਅਤੇ ਹੁਣ ਮੈਂ ਪਾ ਦਾਂਗੀ ਥੋੜ੍ਹੀ ਜਿਹੀ ਕਸੂਰੀ ਮੇਥੀ, ਬਾਕੀ ਆਪਾਂ ਬਾਅਦ 'ਚ ਪਾਵਾਂਗੇ ਸਬਜ਼ੀ ਬਣਾਉਣ ਤੋਂ ਬਾਅਦ। ਅਤੇ ਇਹਨੂੰ ਹੁਣ ਆਪਾਂ ਥੋੜ੍ਹੀ ਦੇਰ ਭੁੰਨ ਲੈਂਦੇ ਹਾਂ 3-4 ਮਿੰਟ ਲਈ, ਫਿਰ ਆਪਾਂ ਲੂਣ ਮਿਰਚ ਪਾਵਾਂਗੇ। ਹੁਣ ਜੀ ਆਪਾਂ 3-4 ਮਿੰਟ ਲਈ ਮਸਾਲੇ ਨੂੰ ਭੁੰਨ ਲਿਆ, ਅਤੇ ਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਪਾਉਣਾ ਸ਼ੁਰੂ ਕਰਾਂਗੇ। ਲੂਣ ਆਪਾਂ ਆਪਣੇ ਸਵਾਦ ਦੇ ਅਕੋਰਡਿੰਗ ਪਾਵਾਂਗੇ, ਹਲੇ ਮੈਂ 1 ਚਮਚਾ ਹੀ ਪਾਵਾਂਗੀ। ਅਤੇ ਥੋੜ੍ਹੀ ਜਿਹੀ ਆਪਾਂ ਪਾਵਾਂਗੇ 1/2 ਚਮਚ ਹਲਦੀ ਪਾਊਡਰ, ਅਤੇ ਥੋੜ੍ਹੀ ਜਿਹੀ ਆਪਾਂ ਪਾਵਾਂਗੇ ਲਾਲ ਮਿਰਚ। ਲਾਲ ਮਿਰਚ ਮੈਂ ਬਹੁਤ ਘੱਟ ਪਾਵਾਂਗੀ, ਆਪਾਂ ਹਰੀਆਂ ਵੀ ਪਾਈਆਂ ਨੇ ਇਹਦੇ ਵਿੱਚ। ਅਤੇ ਥੋੜ੍ਹਾ ਜਿਹਾ ਆਪਾਂ ਜੱਗ ਦੇ ਵਿੱਚ ਪਾ ਕੇ ਅਤੇ ਇਹਦੇ 'ਚ ਸਬਜ਼ੀ 'ਚ ਪਾਤਾ ਹੈ ਗ੍ਰੇਵੀ 'ਚ, ਜਿਹਦੇ 'ਚ ਆਪਾਂ ਮਸਾਲਾ ਪੀਤਾ ਸੀ। ਅਤੇ ਹੁਣ ਜੀ ਆਪਾਂ ਬਸ 1-2 ਮਿੰਟ ਲਈ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲੈਂਦੇ ਹਾਂ, ਜਿਹੜੇ ਆਪਾਂ ਲੂਣ ਮਿਰਚ ਪਾਏ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣ। ਅਤੇ ਹੁਣ ਜੀ ਆਪਾਂ 2-3 ਮਿੰਟ ਤੱਕ ਲੂਣ ਮਿਰਚ ਪਾਉਣ ਤੋਂ ਬਾਅਦ ਇਹਨੂੰ ਭੁੰਨ ਲਿਆ ਮਸਾਲੇ ਨੂੰ। ਅਤੇ ਹੁਣ ਆਪਾਂ ਇਹਦੇ 'ਚ ਪਾ ਲਾਂਗੇ ਕਿ ਹਰੇ ਧਨੀਏ ਦੀ ਬਣੀ ਹੋਈ ਚਟਨੀ, ਵਿੱਚ ਇਹਦੇ ਪੁਦੀਨਾ ਵੀ ਪਾਇਆ ਹੋਇਆ ਸੀਗਾ। ਅੱਜ ਹਰਾ ਧਨੀਆ ਆਪਣੇ ਕੋਲ ਹੈ ਨਹੀਂ ਗਾ, ਅਤੇ ਆਪਾਂ ਚਟਨੀ ਪਾ ਲੈਂਦੇ ਹਾਂ, ਇਹਦੇ ਨਾਲ ਬਹੁਤ ਵਧੀਆ ਟੇਸਟ ਬਣ ਜੂਗਾ ਸਬਜ਼ੀ ਦਾ। ਅਤੇ ਮਿਕਸ ਕਰਕੇ ਅਤੇ ਪਾ ਲਏ ਜੀ ਉਬਲੇ ਹੋਏ ਆਲੂ ਜਿਹੜੇ ਆਪਾਂ ਛਿੱਲ ਕੇ ਅਤੇ ਕੱਟ ਲਏ ਸੀਗੇ। ਅਤੇ ਥੋੜ੍ਹੇ ਜਿਹੇ ਆਪਾਂ ਰੱਖ ਲੈਣੇ ਆਲੂ ਵਾਲੇ ਪਰੌਂਠੇ ਬਣਾਉਣ ਵਾਸਤੇ। ਅਤੇ ਆਪਦੇ ਦੋ ਆਲੂ ਆਪਾਂ ਚੰਗੀ ਤਰ੍ਹਾਂ ਨਾ ਖੋਲ ਕੇ ਪਾ ਦਾਂਗੇ। ਅਤੇ ਹੁਣ ਆਪਾਂ ਇਹਨੂੰ ਕਰ ਲੈਂਦੇ ਹਾਂ ਜੀ ਚੰਗੀ ਤਰ੍ਹਾਂ ਮਿਕਸ ਇੱਕ ਵਾਰੀ। ਆਪਣੇ ਆਲੂ ਗ੍ਰੇਵੀ ਵਾਲੇ ਵਧੀਆ ਲੱਗਦੇ ਹਨ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਪਾਣੀ ਆਪਣੇ ਜ਼ਰੂਰਤ ਦੇ ਹਿਸਾਬ ਨਾਲ, ਪਾਣੀ ਤੁਸੀਂ ਆਪਣੇ ਹਿਸਾਬ ਨਾਲ ਘੱਟ ਤੋਂ ਵੱਧ ਰੱਖ ਦਿਓ। ਮੈਂ ਥੋੜ੍ਹਾ ਜਿਹਾ ਹੋਰ ਪਾਵਾਂਗੀ ਕਿਉਂਕਿ ਥੋੜ੍ਹਾ ਜਿਹਾ ਪਾਣੀ ਜਦੋਂ ਉਬਾਲੇ ਹੋਣੀ ਹੈ ਸਬਜ਼ੀ ਨੂੰ ਅਤੇ ਸਬਜ਼ੀ ਨੇ ਸੁੱਕ ਜਾਣਾ, ਅਤੇ ਸਬਜ਼ੀ ਫਿਰ ਠੰਡੀ ਹੋਣ ਤੋਂ ਬਾਅਦ ਨਾ ਥੋੜ੍ਹੀ ਗਾੜੀ ਹੋ ਜਾਂਦੀ ਹੈ। ਅਤੇ ਆਪਾਂ ਇੰਨਾ ਕੁ ਪਾਣੀ ਪਾ ਲੈਂਦੇ ਹਾਂ, ਹੁਣ ਇਹਨੂੰ ਆਪਾਂ ਰੱਖ ਲੈਂਦੇ ਹਾਂ ਜੀ ਢੱਕ ਕੇ। ਅਤੇ ਆ ਹੈਗੀ ਜੀ ਕਸੂਰੀ ਮੇਥੀ, ਅਤੇ ਇਹ ਮੈਂ ਪਲੇਟ ਨਾਲ ਇਹਨੂੰ ਢੱਕ ਦਾਂਗੀ। ਕਸੂਰੀ ਮੇਥੀ ਮੈਂ ਪਲੇਟ ਦੇ ਉੱਤੇ ਤਾਂ ਰੱਖੀ ਹੈ ਕਿ ਥੋੜ੍ਹੀ ਜਿਹੀ ਨਾ ਜਿੱਦਾਂ ਗਿੱਲੀ ਸਿੱਲੀ ਸਿੱਲੀ ਜਿਹੀ ਲੱਗਦੀ ਹੈ, ਜਦੋਂ ਆਪਾਂ ਬਾਅਦ 'ਚ ਸਬਜ਼ੀ 'ਚ ਪਾਵਾਂਗੇ ਥੋੜ੍ਹੀ ਥੋੜ੍ਹੀ ਇਹ ਰੋਸਟ ਜਿਹੀ ਹੋ ਜੂਗੀ। ਅਤੇ ਹੁਣ ਜੀ ਆਪਾਂ ਗੈਸ ਨੂੰ ਘੱਟ ਕਰਤਾ, ਅਤੇ ਇਹਨੂੰ ਆਪਾਂ ਹੁਣ 5-6 ਮਿੰਟ ਤੱਕ ਪਕਾ ਲੈਂਦੇ ਹਾਂ ਚੰਗੀ ਤਰ੍ਹਾਂ, ਅਤੇ ਫਿਰ ਵਿੱਚ ਦੀ ਚੈੱਕ ਕਰ ਲਾਂਗੇ ਜੀ। 5-7 ਮਿੰਟ ਬਾਅਦ ਆਪਾਂ ਆਪਣੀ ਸਬਜ਼ੀ ਨੂੰ ਚੈੱਕ ਕਰਦੇ ਹਾਂ, ਸਬਜ਼ੀ ਆਪਣੀ ਬਿਲਕੁਲ ਬਣ ਗਈ ਹੈ। ਅਤੇ ਮੈਂ ਹੁਣੇ ਹੀ ਇਹਦਾ ਢੱਕਣ ਲਾਇਆ, ਅਤੇ ਹੁਣ ਆਪਾਂ ਕਰ ਦਿੰਦੇ ਹਾਂ ਜੀ ਗੈਸ ਨੂੰ ਬੰਦ। ਅਤੇ ਹਰਾ ਧਨੀਆ ਅੱਜ ਮੇਰੇ ਕੋਲ ਹੈਗਾ ਨਹੀਂ ਹੈ, ਅਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਜਿਹੜੀ ਆਪਾਂ ਮੇਥੀ ਰੱਖੀ ਸੀ ਨਾ, ਥੋੜ੍ਹੀ ਜਿਹੀ ਰੋਸਟ ਹੋ ਗਈ ਸੀ ਪਲੇਟ 'ਤੇ, ਇਹਨੂੰ ਆਪਾਂ ਹੁਣ
सब्जी के उत्ते धूल देने थोड़े थोड़े इदा हाथ ते। हुण जी अपनी आलू की सब्जी बन के बिल्कुल तैयार है। हुण जी आपां इहनूं कर दिंदे आ मिक्स सब्जी नूं। सब्जी बहुत सोहणी बन के तैयार है ते जदों इहने ठंडी होना इहने थोड़ी जी गाढ़ी हो जाणा सब्जी ने। जे ते हरा धनिया हुंदा ते होर वी ज़्यादा वधिया लगणी सी, पर चलो कोई गल नहीं, कसूरी मेथी पाउण नाल वी बहुत ज़्यादा वधिया लगदी वी, नाले टेस्ट वी इहदा बहुत ज़्यादा वधिया बन जूगा ते खुशबू बहुत सोहणी आ रही है। ते जे फ्रेंड तुहानूं आई दी मेरी वीडियो जे फ्रेंड तुहानूं अज्ज दी मेरी वीडियो रैसपी पसंद आई हो लाइक करो, शेयर करो, कमेंट करके जरूर दस्या करो तुहानूं मेरी रैसपियां ते मेरी वीडियोज़ किदां दी लगदियां ने। ते प्लीज़ फ्रेंड मेरी रिक्वेस्ट है प्लीज़ जे मैं सारिआं दी वीडियो फुल वॉच करदी हाँ ते मैं सब दी देखदी हाँ ते प्लीज़ मेरी वीडियो भी जरूर देखा करो। मैं कई इदा दें जिन्हें मैं वीडियो देख देख के बह जाती हाँ, अद्धे अद्धे घंटे की भी फुल वॉच करती हाँ तो वह मेरी वीडियो तो कभी आते ही नहीं है, कभी उन्होंने मेरी वीडियो वॉच नहीं की है। तो मैं उन्होंने मतलब सब भी किया हो जे मैं लिंक दिनी हाँ तो मेरे चैनल पर कभी भी नहीं आते हैं वो, इस करके फिर दिल भी नहीं करता वीडियो पाने का। हूँ मैं 26 जनवरी की वीडियो पाई हुई है तो अज भी मैं बहुत मतलब कि मन मतलब मेरा दुखी सीगा, फिर भी मैं चलो पाती है वीडियो रैसपी दी। ते बाकी जड़े मैंने सपोर्ट करते उन्होंने मैं दिलों बहुत बहुत धन्यवाद करती हूँ। आ फ्रेंड जी मैं सब्जी हूँ कौली दे विच कढ़ ली अपने खाने वास्ते। तो आ जीरा मैं तुहानूं दिखाउणा भुल गई सी, इहनूं मैं जीरे नूं थोड़ा जिहा तवे दे उत्ते भुन लिया सीगा रोस्ट जहा करके, इन्हों मैं थोड़ा जहा चकले के बेलने के नाल पीस लिया दरदरा जहा। तो हूँ आप पावे सब्जी उत्ते इदा जीरा पाँगना सब्जी का टेस्ट बहुत वधिया बन जाता, बहुत ही टेस्टी लगता, बहुत ही वधिया खुशबू आने लग जाती है। तो आप बाकी सब्जी से भी पा देंगे, तो आ वेखो फ्रेंड ठंडी होने तो बाद थोड़ी गाढ़ी भी हो गई है सब्जी अपनी।